दिल्ली में किसान आंदोलन का समर्थन करने वाली आम आदमी पार्टी के लिए अब किसानों का आंदोलन ही मुसीबत बन सकता है, क्योंकि पंजाब में नई बनी आम आदमी पार्टी की सरकार के खिलाफ किसानों ने मोर्चा खोल दिया है। दरअसल पंजाब के मुक्तसर में भारतीय किसान यूनियन एकता उग्राहा के बैनर तले किसान जिला प्रशासनिक भवन के सामने प्रदर्शन कर रहे हैं। वे किसानों पर लाठीचार्ज का आदेश देने के आरोप में कलेक्टर पर कार्रवाई की मांग कर रहे हैं। किसान मांग कर रहे हैं कि पिंक बॉल वॉर्म की वजह से उनकी फसलों को जो नुकसान हुआ है उसका मुआवजा दिया जाए और राजस्व अधिकारियों से झड़प के मामले में उन पर दर्ज FIR वापस ली जाए। लंबी में हुए विवाद की वजह से पुलिस ने मंगलवार को कम से कम 9 किसान नेताओं और 150 अन्य लोगों के खिलाफ FIR दर्ज की थी। इसके बाद किसानों ने लंबी में हाईवे जाम कर दिया। कल असी जदों फिर दोबारे तहसील दे विच आए, तड़के दे बैठे सी धरने दे उत्ते 3 बजे तक, फिर साडी गल नहीं जदों सुनी तां असी साडे सबर दा पाला प्याला जदों भरिया तां असी लंबी तहसील दा नायब साहब दा घराओ कीता, तां रात नूं 12 बजे जिहड़ा पुलिस ने कुट के सानू हैगा जिहड़ा हैगा पूरी तरह लाठीचार्ज करके इत्थे जिहड़ा हैगा ਉਹ ਜਿਹੜਾ ਨਾਇਬ ਸਰਦਾਰ ਨੂੰ ਕੱਢ ਕੇ ਲੈ ਕੇ ਗਏ ਨੇ। ਸਾਨੂੰ ਬੁਰੀ ਤਰ੍ਹਾਂ ਸਾਡੇ ਕਿਸਾਨ ਜਿਹੜੇ ਫੱਟੜ ਹੋਏ ਨੇ, ਹਸਪਤਾਲ ਦੇ ਵਿੱਚ ਦਾਖਲ ਨੇ, ਲੰਬੀ ਬਹੁਤ ਸਾਰੇ ਕਿਸਾਨਾਂ ਦੇ ਸੱਟਾਂ ਵੱਜੀਆਂ, ਪਰ ਅਸੀਂ ਡਟੇ ਰਹੇ ਹਾਂ ਕਿ ਜੇ ਸਾਡੇ ਪਹਿਲਾਂ ਵਾਲੀਆਂ ਸਰਕਾਰਾਂ ਵੀ ਐਂ ਲਾਠੀਚਾਰਜ ਕਰਦੀਆਂ ਰਹੀਆਂ ਨੇ ਅਤੇ ਹੁਣ ਵਾਲੀ ਸਰਕਾਰ ਜਿਹੜੀ ਕਹਿੰਦੇ ਆ ਕਿ ਅਸੀਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹਾਂ, ਅਸੀਂ ਲੋਕਾਂ ਦੀ ਗੱਲ ਸੁਣਾਂਗੇ, ਅਤੇ ਸਾਨੂੰ ਉਮੀਦ ਸੀ ਕਿ ਇਹ ਸਰਕਾਰ ਤਾਂ ਸਾਡੇ ਜਿਹੜਾ ਨਰਮੇ ਦਾ ਮੁਆਵਜ਼ਾ ਦੇਊ, ਪਰ ਇਹ ਇਹਨਾਂ ਨੇ ਵੀ ਰਾਤ ਸਾਡੇ ਉੱਤੇ ਲਾਠੀਚਾਰਜ ਕੀਤਾ ਅਤੇ ਅਸੀਂ ਉਸੇ ਤਰ੍ਹਾਂ ਡਟੇ ਹੋਏ ਹਾਂ ਕਿ ਜਾਂ ਤਾਂ ਨਰਮੇ ਦਾ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਬਹੁਤ ਵੱਡੀ ਪੱਧਰ 'ਤੇ ਇਸ ਲੰਬੀ ਬਲਾਕ ਦੇ ਵਿੱਚ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ, ਪਰ ਅਜੇ ਤੱਕ ਇੱਕ ਧੇਲਾ ਵੀ ਸਾਡੇ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ। ਬਹੁਤ ਸਾਰੇ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਗਏ ਨੇ, ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ, ਅਤੇ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਉਹਨਾਂ ਨੇ ਆਪਦੀਆਂ ਧੀਆਂ ਦੇ ਵਿਆਹ ਕਰਨੇ ਸੀ, ਉਹ ਪਿੱਛੇ ਪਏ ਕਿ ਫਸਲ ਦਾ ਜਿਹੜਾ ਨੁਕਸਾਨ ਹੋ ਗਿਆ, ਅਤੇ ਪਰ ਸਰਕਾਰ ਨੇ ਪਹਿਲਾਂ ਵਾਲੀਆਂ ਨੇ ਵੀ ਨਹੀਂ ਸੁਣਿਆ, ਅਤੇ ਇਸ ਆਪ ਸਰਕਾਰ ਨੇ ਵੀ ਸਾਨੂੰ ਜਿੱਥੋਂ ਬਹੁਤ ਵੱਡੀਆਂ ਆਸਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਕਿ ਉਹ ਤਾਂ ਲੁੱਟਦੇ ਰਹੇ ਨੇ, ਉਹਨਾਂ ਨੇ ਤਾਂ ਲੁੱਟਿਆ, ਵੱਡੇ ਵੱਡੇ ਥੰਮ੍ਹ ਵੀ ਸੁੱਟੇ, ਪਰ ਸਾਨੂੰ ਜਿਹੜਾ ਆਹ ਆਮ ਲੋਕਾਂ ਦੀ ਸਰਕਾਰ ਸੀ, ਸਾਨੂੰ ਇਹ ਆਸ ਨਹੀਂ ਸੀ ਵੀ ਸਾਡੇ ਨਾਲ ਇਹ ਵਰਤਾਓ ਕਰੂਗੀ। ਇਹਨੇ ਵੀ ਸਾਡੇ ਨਾਲ ਉਹ ਵਰਤਾਓ ਕੀਤਾ, ਰਾਤ ਲਾਠੀਚਾਰਜ ਕੀਤਾ, ਬੁਰੀ ਤਰ੍ਹਾਂ ਸਾਡੇ 7 ਕਿਸਾਨ ਜਿਹੜੇ ਹੈਗੇ ਆ ਉੱਥੇ ਲੰਬੀ ਹਸਪਤਾਲ ਦੇ ਵਿੱਚ ਦਾਖਲ ਆ, ਬਹੁਤ ਸਾਰੇ ਕਿਸਾਨਾਂ ਦੇ ਸੱਟਾਂ ਵੱਜੀਆਂ, ਅਤੇ ਅਸੀਂ ਰਾਤ ਦੇ ਡਟੇ ਹੋਏ ਹਾਂ, ਅਤੇ ਹੁਣ ਜਦੋਂ ਤੱਕ ਮੁਆਵਜ਼ਾ ਨਹੀਂ ਮਿਲਦਾ ਉਦੋਂ ਤੱਕ ਇੱਥੇ ਡਟੇ ਹਾਂ। ਅਤੇ ਜਿਹੜੀ ਗੱਲ ਪਟਵਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਕਿ ਅਸੀਂ ਜਿਹੜਾ ਹੈਗਾ ਸਾਡੇ ਗੁੰਡਾਗਰਦੀ ਕੀਤੀ ਆ ਕਿਸਾਨਾਂ ਨੇ ਗੁੰਡਾਗਰਦੀ ਨਹੀਂ, ਸਗੋਂ ਪਟਵਾਰੀ ਇਕੱਠੇ ਹੋ ਕੇ ਆਏ, ਉਹਨਾਂ ਨੇ ਗੁੰਡਾਗਰਦੀ ਕੀਤੀ, ਸਾਡੇ ਕੋਲ ਵੀਡੀਓ ਨੇ, ਸਾਡੇ ਨਾਲ ਧੱਕਾ ਕਰਕੇ ਉਹਨਾਂ ਨੇ ਨਾਲ ਪੁਲਿਸ ਦੇ ਲੱਗ ਕੇ ਉਹਨਾਂ ਨੇ ਲਾਠੀਚਾਰਜ ਕਰਵਾਇਆ। ਇਸ ਕਰਕੇ ਸਾਡੇ ਜਿਹੜੇ ਹੈਗੇ ਆ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਜਿਹੜੇ ਹੈਗੇ ਆ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲੇ ਲੋਕ ਹਾਂ, ਅਸੀਂ ਹੱਕਾਂ ਦੀ ਖਾਤਰ ਲੜਨ ਵਾਲੇ ਲੋਕ ਹੈ, ਅਤੇ ਇਸੇ ਕਰਕੇ ਆਪਦੀ ਸਰਕਾਰ ਬਣੀ ਹੈ ਇੱਥੇ ਪੰਜਾਬ ਦੇ ਵਿੱਚ, ਕਿ ਅਸੀਂ ਜਿਹੜੇ ਸੰਘਰਸ਼ ਤੇ ਕਰਕੇ ਲੋਕਾਂ ਨੂੰ ਉੱਠਣ ਲਾਇਆ ਕਿ ਉੱਠੋ ਆਪਦੇ ਹੱਕਾਂ ਦੀ ਖਾਤਰ ਸੰਘਰਸ਼ ਕਰੋ, ਤਾਂ ਫਿਰ ਆਪਦੀ ਹਨੇਰੀ ਵਗੀ ਹੈ। ਇਸ ਕਰਕੇ ਜਿਹੜੀ ਜ਼ਮੀਨ ਤਿਆਰ ਕੀਤੀ ਹੈ ਇਹ ਕਿਸਾਨੀ ਅੰਦੋਲਨ ਨੇ ਕੀਤੀ ਹੈ, ਅਤੇ ਹੁਣ ਸਾਡੇ ਨਾਲ ਜੇ ਇਹ ਸਰਕਾਰ ਵੀ ਇਸ ਤਰ੍ਹਾਂ ਪੇਸ਼ ਆਉਂਦੀ ਹੈ ਤਾਂ ਫਿਰ ਅਸੀਂ ਕੀ ਸਮਝੀਏ, ਅਸੀਂ ਕਿੱਥੋਂ ਮਤਲਬ ਇਨਸਾਫ ਮੰਗੀਏ। ਇਸ ਕਰਕੇ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ, ਅਤੇ ਜਿਹੜੇ ਮੁਲਾਜ਼ਮ ਹੈ ਇਹ ਜਿਹੜਾ ਕਹਿ ਰਹੇ ਨੇ, ਇਹ ਜਿਹੜਾ ਮੀਡੀਆ ਉੱਤੇ ਪਾ ਰਹੇ ਨੇ ਕਿ ਗੁੰਡਾਗਰਦੀ ਕੀਤੀ ਹੈ, ਗੁੰਡਾਗਰਦੀ ਪਟਵਾਰੀਆਂ ਨੇ ਰਲ ਕੇ ਇਕੱਠੇ ਹੋ ਕੇ ਆਏ ਆ, ਸ਼ਰਾਬਾਂ ਪੀਤੀਆਂ ਹੋਈਆਂ ਸੀ ਉਹਨਾਂ ਦੀਆਂ, ਧੱਕੇ ਨਾਲ ਪੁਲਿਸ ਨਾਲ ਰਲ ਕੇ ਉਹਨਾਂ ਨੇ ਸਾਡੇ ਉੱਤੇ ਨਾਲ ਧੱਕਾ ਮੁੱਕੀ ਕਰਕੇ ਉਹਨਾਂ ਨੇ ਲਾਠੀਚਾਰਜ ਨਾਲ ਕਰਵਾਇਆ, ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ ਕਿ ਮੁਲਾਜ਼ਮਾਂ ਦੇ ਉੱਤੇ ਗੁੰਡਾਗਰਦੀ ਕੀਤੀ ਹੈ। ਇਸ ਕਰਕੇ ਬਿਲਕੁਲ ਗਲਤ ਹੈ, ਅਸੀਂ ਆਪਦੇ ਹੱਕਾਂ ਖਾਤਰ ਪਿਛਲੇ 6 ਮਹੀਨਿਆਂ ਤੋਂ ਲੜੀ ਜਾਂਦੇ ਹੈਗੇ ਆ। वहीं इस मामले में DC हरप्रीत सिंह सुदान ने किसानों से कहा है कि कुछ दिनों में उन्हें मुआवजा मिल जाएगा। भारतीय किसान यूनियन एकता उग्राहा के चीफ जोगिंदर सिंह उग्राहा और अन्य वरिष्ठ किसान नेताओं ने भी लंबी से आम आदमी पार्टी विधायक गुरमीत सिंह खुदियान से बातचीत की है ताकि किसानों को जल्द ही मुआवजा मिल सके।